ਮੈਂ ਕਹਿਣਾ ਚਾਹੁੰਦਾ ਵਾਂ ਜਿਹੜੇ ਪਹਿਲੇ ਰਾਊਂਡ ਦੇ ਵਿੱਚ ਮੇਰੀਆਂ 5-4 ਵੋਟਾਂ ਘਟੀਆਂ ਨੇ, ਉਹਨਾਂ ਨੇ ਮੈਨੂੰ ਕਿਤੇ ਦਾ ਕਿਤੇ ਪਹੁੰਚਾਤਾ। ਪਰ ਸਰ ਮੈਂ ਉਹਨਾਂ ਦਾ ਟਿਕਟੋਕ ਵਾਲਿਆਂ ਦਾ ਔਰ ਜਿਹੜੇ ਵਟਸਐਪ ਚਲਾਉਂਦੇ ਆ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਵਰਕਰ ਹੈਗੇ, ਉਹਨਾਂ ਨੇ ਮੇਰੀ ਬਹੁਤ ਸਾਥ ਦਿੱਤਾ ਨੇ ਅਤੇ ਐਕਚੁਅਲੀ ਜ਼ਿੰਦਗੀ ਖਤਮ ਸੀਗੀ। ਇਹ ਜ਼ਿੰਦਗੀ ਉਹਨਾਂ ਦੀ ਦੇਣ ਹੈ, ਉਹ ਮੈਂ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ। ਜਿੱਦਾਂ ਵੀ ਮਾੜੀ ਮੋਟੀ ਹੋਏਗੀ ਜੋ ਵੀ ਕਰੂੰਗਾ ਮੈਂ ਉਹਨਾਂ ਵਾਸਤੇ ਕਰੂੰਗਾ, ਡਟ ਕੇ ਮੁਕਾਬਲਾ ਕਰੂੰਗਾ। ਪਰ ਖਲੀ ਜੀ ਨੂੰ ਆਪਣਾ ਗੁਰੂ ਪਾ ਕੇ ਫਿਰ ਦੁਬਾਰਾ ਨਵੇਂ ਤਰੀਕੇ ਨਾਲ ਮੈਂ ਇਹ ਚੋਣਾਂ ਦੇ ਮੈਦਾਨ ਵਿੱਚ ਉਤਰੂੰਗਾ। ਖਲੀ ਜੀ ਦੇ ਕੋਲੋਂ ਤੁਹਾਨੂੰ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਸਰ ਬਹੁਤ ਅੱਛਾ ਮਹਿਸੂਸ ਹੋ ਰਿਹਾ, ਦਿਲ ਚੌੜਾ ਹੋ ਗਿਆ, ਬੜੀ ਹਿੰਮਤ ਮਿਲੀ ਅੰਦਰੋਂ, ਸਟਰੋਂਗ ਤਾਕਤ ਮਿਲੀ ਹੈ। ਬਲਕਿ ਕੋਈ ਰੂਟੀਨ ਨਹੀਂ ਦੇਖਾ ਤਾਂ ਸ਼ੁਰੂਆਤ ਹੀ ਕਰਨੀ, ਪਰ ਲੇਕਿਨ ਬਹੁਤ ਇਹਨਾਂ ਨੂੰ ਆ ਕੇ ਹੀ ਹਿੰਮਤ ਦੇਖ ਕੇ ਇਹਨਾਂ ਨੂੰ ਉਹ ਹਿੰਮਤ ਦਾ ਅਹਿਸਾਸ ਹੋ ਗਿਆ ਜਿਹੜਾ ਮੈਂ ਸੋਚਿਆ ਨਹੀਂ ਸੀਗਾ ਸਰ ਮੇਰੇ ਚਿਹਰੇ ਰੰਗ ਦੇ ਵਿੱਚ, ਜਿਹੜਾ ਮੈਨੂੰ ਲੱਗਦਾ ਸੀ ਮੇਰੇ ਚਿਹਰੇ ਜਿੱਦਾਂ ਸੀ ਜਿਵੇਂ 12 ਵਜੇ ਹੁੰਦੇ ਆ, ਪਰ ਹੁਣ ਲੱਗਦਾ ਜਿਵੇਂ 13 ਵੱਜ ਗਏ ਆ। ਦਿਲੀ ਜੀ ਆਪ ਇਸ ਬਾਰੇ ਮੈਂ ਕਿਆ ਕਹਿਣਾ ਚਾਹਤੇ ਹੈਂ? ਅੱਜ ਮਿੰਟੂ ਸ਼ਟਰਾ ਵਾਲੇ ਆਪਕੇ ਪਾਸ ਆਏ ਔਰ ਆਪ ਵੀ ਬਹੁਤ ਖੁਸ਼ ਹੈਂ। ਹਿੰਮਤ ਕਰਨੀ ਹੈ, ਫਾਈਟ ਕਰਨੀ ਹੈ, ਕਿਉਂਕਿ ਮਤਲਬ ਹਾਰ ਜਿੱਤ ਤੋਂ ਚਲਦਾ ਰਹਿੰਦਾ ਹੈ, ਇੱਕ ਇਹ ਤੋਂ ਲਾਈਫ ਦਾ ਪਾਰਟ ਹੈ, ਹਾਰਨਾ ਜਿੱਤਣਾ ਇਹ ਤਾਂ ਪਾਰਟ ਹੈ। ਲੇਕਿਨ ਮੈਂ ਉਹਨਾਂ ਕੀ ਹਿੰਮਤ ਕੀ ਮੈਂ ਦਾਅਵਤ ਦਿੱਤਾ ਹੂੰ, ਕਿਉਂਕਿ ਜੋ ਇਹਨੇ ਜੋ ਇੱਕ ਚੁਣੇ ਹੋਏ ਜਿੱਤੇ ਹੋਏ ਐਮ ਪੀ ਥੇ, ਉਨਕੇ ਯੰਗੈਸਟ ਉਤਰੇ ਮਿਲੋ ਔਰ ਪੂਰਾ ਮਤਲਬ ਇੱਕ ਉਨਕੇ ਜੋ ਕੌਂਸਟੀਚੁਐਂਸੀ ਉਨਕੀ ਸਪੋਰਟ ਮਿਲੀ, ਬਹੁਤ ਖੁਸ਼ ਥਾ ਮੈਂ। 3-4 ਮਹੀਨੇ ਮਿਹਨਤ ਕਰੀ, ਪੂਰੇ ਦਿਨ ਰਾਤ ਇੱਕ ਕੀਆ, ਲੇਕਿਨ ਜਦ 5 ਬੂਟੇ ਮਿਲੇ ਤਾਂ ਬਹੁਤ ਦੁੱਖ ਅਨੁਭਵ ਹੋਇਆ, ਮੇਰੇ ਕੋਲ ਦੁੱਖ ਹੋਇਆ ਕਿ ਘਰ ਵਾਲੇ ਨੇ ਵੀ ਅਦੀ ਨਹੀਂ ਮਿਲਦਾ। ਸੋ ਆਸ ਪਰ ਮੈਨੂੰ ਕੋਈ ਬਤਾਇਆ ਕਿ ਬਈ ਆਪਨੇ ਹਿੰਮਤ ਨਹੀਂ ਆਉਣੀ, ਇਹ ਹਾਰ ਜੀਤ ਚੱਲਦਾ ਰਹਿੰਦਾ, ਆਪਨੇ ਅਗਲੇ ਵਾਰ ਔਰ ਇਲੈਕਸ਼ਨ ਲੜਨੇ, ਔਰ ਕੋਈ ਵੀ ਇਲੈਕਸ਼ਨ ਹੋਏਗਾ ਹਰ ਇਲੈਕਸ਼ਨ ਲੜਨੇ ਜੀ ਸਰ। ਔਰ ਦੂਸਰਾ ਹੈ ਕਿ ਵੀ ਇਹ ਹਾਰ ਜੀਤ ਚੱਲਦਾ ਰਹਿੰਦਾ ਹੈ, ਆਪ ਅਭੀ ਮਾਤਾ ਚਿੰਤਪੁਰਨੀ ਜਾਓ, ਮੱਥਾ ਟੇਕੋ, ਉਸੇ ਆਸ਼ੀਰਵਾਦ ਲਓ ਕਿ ਬਈ ਹਿੰਮਤ ਮਿਲੇ, ਮਤਲਬ ਜੋ ਬੜੇ ਬੜੇ ਜਲੰਧਰ ਹੈ ਉਨਕਾ ਸਾਹਮਣਾ ਕਰਨੇ ਕੀ ਹਿੰਮਤ ਮਿਲੇ, ਔਰ ਜੋ ਆਪ ਅੰਦਰ ਸੇ ਟੁਟੇ ਹੋਏ ਉਸਕੀ ਹਿੰਮਤ ਮਿਲੇ, ਔਰ ਫਿਰ ਆਪਨੇ ਆਉਣਾ, ਆਪਕੋ ਦਾਵ ਪੈਚ ਵੀ ਸਿਖਾਏਗਾ ਰੈਸਲਿੰਗ ਕੇ, ਠੀਕ ਹੈ? ਆਪਨੇ ਮਤਲਬ ਐਸਾ ਨਹੀਂ ਕਰਨਾ ਕਿ ਕੋਈ ਮਤਲਬ ਆਪ ਨੇਤਾ ਕੋ ਦਾਵ ਠੋਕ ਦੇਗੇ, ਮਤਲਬ ਕੜੱਚੀ ਪਾ ਦੇਗੇ। ਸੋ ਆਪਕੋ ਨਾ ਮੈਂਟਲੀ ਹਮ ਐਸਾ ਮਤਲਬ ਐਕਸਰਸਾਈਜ਼ ਬਤਾਏਗੇ, ਮੈਡੀਟੇਸ਼ਨ ਬਤਾਏਗੇ, ਔਰ ਉਨਕੋ ਐਸਾ ਮੈਂਟਲੀ ਸਟਰੋਂਗ ਕਰੇਗੇ, ਕਿਉਂਕਿ ਯਾਰ ਮਤਲਬ ਹਰ ਬੰਦੇ ਕੀ ਇੱਕ ਇੱਛਾ ਹੋਤੀ ਹੈ ਇਲੈਕਸ਼ਨ ਲੜਨਾ, ਫਾਈਟ ਕਰਨਾ, ਅਗਰ ਉਸਕਾ ਹਮ ਮਜ਼ਾਕ ਕਰੇਗੇ, ਅਗਰ ਹਮ ਮਜ਼ਾਕ ਕਰੇਗੇ ਤੋ ਲੋਕ ਕੈਸੇ ਲੜੇਗੇ, ਮਤਲਬ ਹਾਰ ਜਿੱਤ ਤੋ ਚਲਤੀ ਰਹਿਤੀ ਹੈ ਨਾ। ਸੋ ਆਪਨੇ ਆਸੇ ਪਰੇ ਰੋਣਾ ਨਹੀਂ, ਮੇਰੀ ਇਹੀ ਮਤਲਬ ਦੁਆ ਹੈ, ਆਪ ਮੈਂ ਚਾਹੂੰਗਾ ਕਿ ਅੰਦਰੋਂ ਵੀ ਸਟਰੋਂਗ ਹੋਏ ਤਾਂ ਕਿ ਮਤਲਬ ਆਉਣ ਵਾਲੇ ਟਾਈਮ ਵਿੱਚ ਫਿਰ ਫਾਈਟ ਕਰੇ। ਇਹ ਥੇ ਗ੍ਰੇਟ ਖਲੀ ਔਰ ਇਨਕੇ ਸਾਥ ਨੀਟੇ ਸ਼ਟਰ ਵਾਲੇ, ਔਰ ਮੈਂ ਬਹੁਤ ਬਹੁਤ ਇਨਕਾ ਧੰਨਵਾਦ ਕਰਦਾ। ਕੀਤੀ ਜਲਦੀ ਹੈ।